ਸਾਹਿਬ ਜੀ, ਅਸੀਂ ਤਾਂ ਸਿਰਫ ਇੱਕ ਹੀ ਆ, ਸਾਹਮਣੇ ਹਜ਼ਾਰਾਂ ਦੀ ਫੌਜ। ਸਿੱਖ ਰੈਜੀਮੈਂਟ ਤੇ ਜਵਾਨ ਜਦੋਂ ਲੜਦੇ ਆ ਨਾ, ਗਿਣਦੇ ਨਹੀਂ। ਪੰਜਾਬੀ ਫਿਲਮ ਇੰਡਸਟਰੀ ਹੈ ਜੋ ਕਿ ਫਨੀ ਸਿਨੇਮਾ ਤੋਂ ਹੁਣ ਸੀਰੀਅਸ ਸਿਨੇਮਾ ਦੇ ਵੱਲ ਹੋ ਰਹੀ ਹੈ, ਜੋ ਕਿ ਬਹੁਤ ਹੀ ਵਧੀਆ ਗੱਲ ਹੈ। ਪਹਿਲਾਂ ਦਲਜੀਤ ਦੋਸਾਂਝ ਦੀ ਮੂਵੀ ਸੱਜਣ ਸਿੰਘ ਰੰਗਰੂਟ, ਅਤੇ ਹੁਣ ਵਾਰੀ ਹੈ ਗਿੱਪੀ ਗਰੇਵਾਲ ਦੀ ਮੂਵੀ ਸੂਬੇਦਾਰ ਜੋਗਿੰਦਰ ਸਿੰਘ ਦੀ। ਸਰ, ਤੁਸੀਂ ਜੋਗਿੰਦਰ ਸਿੰਘ 'ਤੇ ਪੂਰਾ ਭਰੋਸਾ ਕਰ ਸਕਦੇ ਹੋ, ਪੂਰੀ ਕਾਮਯਾਬੀ ਨਾਲ ਵਾਪਸ ਆਏਗਾ। ਜਿਵੇਂ ਕਿ ਨਾਮ ਤੋਂ ਹੀ ਕਲੀਅਰ ਹੈ ਕਿ ਇਸ 'ਚ ਗਿੱਪੀ ਗਰੇਵਾਲ ਸੂਬੇਦਾਰ ਜੋਗਿੰਦਰ ਸਿੰਘ ਦਾ ਕਰੈਕਟਰ ਪਲੇ ਕਰ ਰਹੇ ਨੇ, ਜੋ ਕਿ ਇੱਕ ਪਰਮਵੀਰ ਚੱਕਰ ਆਰਮੀ ਆਫਿਸਰ ਨੇ। ਇਹ ਫਿਲਮ ਆ ਜਿਹੜੀ ਇੰਡੋ ਚਾਈਨੀਜ਼ ਵਾਰ ਤੇ ਬੇਸਡ ਹੈ। ਸੂਬੇਦਾਰ ਜੋਗਿੰਦਰ ਸਿੰਘ ਤੇ ਉਹਦੀ ਪਲਟਣ ਦੇ ਜਿੰਨਾ ਚਿਰ ਸਾਹ ਸਾਹ ਤੇ ਬੰਦੂਕ ਚ ਆਖਰੀ ਗੋਲੀ ਹੈ, ਉਹਨਾਂ ਚਿਰ ਦੁਸ਼ਮਣ ਸਾਡੀ ਧਰਤੀ ਤੇ ਪੈਰ ਨਹੀਂ ਰੱਖ ਸਕਦਾ। ਇਸ ਤੋਂ ਇਲਾਵਾ ਇਸ ਮੂਵੀ 'ਚ ਅਦਿਤੀ ਸ਼ਰਮਾ, ਹਰੀਸ਼ ਵਰਮਾ ਅਤੇ ਗੁੱਗੂ ਗਿੱਲ ਵੀ ਨਜ਼ਰ ਆ ਰਹੇ ਨੇ। ਸਟਾਰਕਾਸਟ ਤੋਂ ਇਹ ਮੂਵੀ ਬਾਰਡਰ ਦੀ ਯਾਦ ਦਿਵਾ ਰਹੀ ਹੈ। ਹੁਣ ਲੋਕਾਂ ਤੋਂ ਪੁੱਛਦੇ ਹਾਂ ਕਿ ਉਹਨਾਂ ਨੂੰ ਇਹ ਮੂਵੀ ਕਿਵੇਂ ਦੀ ਲੱਗੀ। ਨਾ, ਵੈਰੀ ਇਮੋਸ਼ਨਲ, ਬਹੁਤ ਵਧੀਆ, ਦੇਖਣੀ ਚਾਹੀਦੀ ਹੈ। ਹਾਂ ਬਿਲਕੁਲ, ਐਕਟਿੰਗ ਸਭ ਤੋਂ ਵਧੀਆ ਗਿੱਪੀ ਗਰੇਵਾਲ। ਮੈਡਮ, ਫਿਲਮ ਵਧੀਆ ਲੱਗੀ ਹੈ, ਬਹੁਤ ਵਧੀਆ ਲੱਗੀ ਫਿਲਮ। ਗਿੱਪੀ ਗਰੇਵਾਲ ਦੀ, ਸਾਰਿਆਂ ਦੀ, ਫੌਜੀਆਂ ਦੀ, ਸਾਰੀ ਵਧੀਆ, ਬਹੁਤ ਯਾਦ ਕਰਵਾਉਂਦੀ ਹੈ। ਬਹੁਤ ਵਧੀਆ ਮੂਵੀ, ਬਹੁਤ ਸੋਹਣੀ, 5 ਸਟਾਰ ਔਨ ਔਸਮ ਮੂਵੀ ਮੈਮ, 5 ਸਟਾਰ, ਵਧੀਆ ਸੀ। ਹਾਂਜੀ, ਸਾਰੇ ਵੇਖੋ, ਬਹੁਤ ਵਧੀਆ ਮੂਵੀ ਸੀਗੀ, ਵੈਰੀ ਇਮੋਸ਼ਨਲ। ਇਟਸ ਅ ਵੈਰੀ ਗੁੱਡ ਮੂਵੀ, ਬਟ ਜਿੰਨਾ ਮਰਜ਼ੀ ਕਰ ਲਓ, ਪੋਲੀਟਿਕਸ ਨੂੰ ਪਤਾ ਨਹੀਂ ਲੱਗਾ, ਪੋਲੀਟੀਸ਼ੀਅਨ ਨੂੰ ਵੀ ਫੌਜੀਆਂ ਵਾਸਤੇ ਕੀ ਕਰਨਾ ਚਾਹੀਦਾ ਹੈ। ਬਹੁਤ ਸੋਹਣੀ ਇਮੋਸ਼ਨਲ ਮੂਵੀ ਸੀ, ਆਈ ਥਿੰਕ ਸਭ ਨੂੰ ਦੇਖਣੀ ਚਾਹੀਦੀ ਹੈ। ਹਾਂਜੀ, ਬਹੁਤ ਨਾਈਸ ਮੂਵੀ। ਔਫਕੋਰਸ, ਜਿਹੜੇ ਉੱਥੇ ਰੋਜ਼ ਸ਼ਹੀਦ ਹੁੰਦੇ ਨੇ ਉਹਨਾਂ ਦੀ ਵੀ ਯਾਦ ਦਿਲਾਉਂਦੀ ਆ। ਡੈਫੀਨੇਟਲੀ ਸਾਰੇ ਫੈਮਿਲੀਜ਼ ਨੂੰ ਤਾਂ ਇੰਸਪੀਰੇਸ਼ਨ ਲੈਣੀ ਚਾਹੀਦੀ, ਆਲ ਆਰ 5 ਐਮ ਆਈ ਥਿੰਕ ਮੋਰ ਦੈਨ 10। ਬਾਪੂ ਜੀ, ਤੁਹਾਨੂੰ ਮੇਥੋਂ ਬਿਨਾਂ ਕਿਵੇਂ ਨਹੀਂ ਰਹੋਗੀ, ਇਸ ਕਰਕੇ ਤੁਸੀਂ ਇਹ ਮੇਰੀ ਸਭ ਤੋਂ ਪਿਆਰੀ ਗੁੱਡੀ ਨਾਲ ਲੈ ਜਾਓ। ਜਿਵੇਂ ਕਿ ਤੁਸੀਂ ਦੇਖਿਆ ਕਿ ਮੂਵੀ ਨੂੰ ਬਹੁਤ ਹੀ ਵਧੀਆ ਰਿਸਪੌਂਸ ਆ ਰਿਹਾ, ਹਰ ਕੋਈ ਕਹਿ ਰਿਹਾ ਕਿ ਮੂਵੀ ਵਿਦ ਫੈਮਿਲੀ ਦੇਖਣੀ ਚਾਹੀਦੀ ਆ, ਅਤੇ ਬਾਰਡਰ ਫਿਲਮ ਦੀ ਸਪੈਸ਼ਲੀ ਇਹ ਯਾਦ ਦਿਵਾ ਰਹੀ ਹੈ। ਸੋ ਮੈਨੂੰ ਵੀ ਲੱਗਦਾ ਹੈ ਕਿ ਮੂਵੀ ਜ਼ਰੂਰ ਦੇਖਣੀ ਚਾਹੀਦੀ ਹੈ। ਤੁਸੀਂ ਵੀ ਮੂਵੀ ਦੇਖੋ ਅਤੇ ਕਮੈਂਟ ਕਰਕੇ ਦੱਸੋ ਕਿ ਤੁਹਾਨੂੰ ਇਹ ਮੂਵੀ ਕਿਵੇਂ ਦੀ ਲੱਗੀ। ਅਸਲੇ ਤੋਂ ਬਿਨਾਂ ਕਿਵੇਂ ਲੜਾਂਗੇ ਸਾਹਿਬ ਜੀ? ਜੰਗ ਜਿੱਤਣ ਦੇ ਲਈ ਅਸਲਾ ਨਹੀਂ, ਹੌਸਲਾ ਚਾਹੀਦਾ।